ਤੁਸੀਂ ਦੱਸੋ, ਤੁਸੀਂ ਫਿਲਮ ਦੇਖੀ? ਸਾਨੂੰ ਬਹੁਤ ਵਧੀਆ ਲੱਗੀ, ਭਾਵੇਂ ਬੀਬੀ ਰਜਨੀ ਹੋਵੇ ਅਤੇ ਭਾਵੇਂ ਅਰਦਾਸ ਸਰਬੱਤ ਦੇ ਭੱਲੇ ਦੀ, ਤੁਸੀਂ ਕਮਾਲ ਕਰ ਦਿੱਤਾ। ਸ਼ੁਕਰੀਆ ਜੀ, ਸ਼ੁਕਰੀਆ। ਬਸ ਉਹ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ, ਸ਼ਬਦ ਹੈ ਨਹੀਂ। ਬਸ ਹੁਣ 13 ਤਰੀਕ ਨੂੰ, ਜਿੱਦਾਂ ਤੁਸੀਂ ਬੀਬੀ ਰਜਨੀ ਨੂੰ ਵੀ ਬਹੁਤ ਪਿਆਰ ਦਿੱਤਾ, ਬਸ 13 ਤਰੀਕ ਨੂੰ ਹੁਣ ਤੁਸੀਂ ਵੀ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਫਿਲਮ ਦੇਖਣੀ ਹੈ ਅਰਦਾਸ ਸਰਬੱਤ ਦੇ ਭੱਲੇ ਦੀ, ਜਿਹੜੀ ਕਿ 13 ਤਰੀਕ ਨੂੰ ਲੱਗਣੀ ਹੈ। ਅਤੇ ਜਿੱਦਾਂ ਦਰਸ਼ਕਾਂ ਨੇ ਪਹਿਲਾਂ ਪਿਆਰ ਦਿੱਤਾ, ਉਹਨਾਂ ਦਾ ਓਨਾ ਹੀ ਪਿਆਰ ਸਾਨੂੰ ਫਿਰ ਚਾਹੀਦਾ। ਇੱਦਾਂ ਦਾ ਪਿਆਰ ਦਿੰਦੇ ਰਹਿਣਗੇ ਤਾਂ ਮੈਨੂੰ ਲੱਗਦਾ ਫਿਰ ਜਲਦੀ ਜਲਦੀ ਇਹੋ ਜਿਹੀਆਂ ਫਿਲਮਾਂ ਬਣਦੇ ਰਹਿਣਗੀਆਂ, ਫਿਰ ਇੰਨੇ ਇੰਨੇ ਸਾਲ ਇੰਤਜ਼ਾਰ ਨਹੀਂ ਕਰਨਾ ਪਊਗਾ। ਮੈਮ, ਜਦੋਂ ਤੁਸੀਂ ਸ਼ੂਟ ਕਰ ਰਹੇ ਸੀਗੇ ਫਿਲਮ, ਤਾਂ ਉਦੋਂ ਲੱਗਾ ਸੀਗਾ ਕਿ ਲੋਕ ਜਿਹੜੇ ਆ ਇੰਨੇ ਜ਼ਿਆਦਾ ਅਟੈਚ ਹੋ ਜਾਣਗੇ ਇਹ ਸੀਨਾਂ ਦੇ ਨਾਲ? ਬਿਲਕੁਲ, ਕਿਉਂਕਿ ਜਦੋਂ ਸਾਡੇ ਕੋਲ ਸਕ੍ਰਿਪਟ ਆਉਂਦੀ ਹੈ ਨਾ, ਕਿਉਂਕਿ ਪਹਿਲੀ ਅਰਦਾਸ ਆਈ, ਅਰਦਾਸ ਕਰਾਂ ਆਈ, ਤਾਂ ਉਸ ਟਾਈਮ ਸਾਨੂੰ ਪਤਾ ਸੀ ਕਿ ਇੱਕ ਚੈਲੇਂਜ ਹੈ ਗਿੱਪੀ ਗਰੇਵਾਲ ਲਈ, ਇਹ ਉਹ ਇਸ ਤੋਂ ਉੱਪਰ ਹੀ ਲੈ ਕੇ ਆਉਣਗੇ, ਕਿਉਂਕਿ ਸਾਨੂੰ ਪਤਾ ਕਿ ਕੋਈ ਪਿਓਰ ਸੋਲ ਜਦੋਂ ਕੰਮ ਕਰਦੀ ਹੈ ਨਾ ਸਾਰੀ, ਤਾਂ ਕੁਛ ਰਿਜ਼ਲਟ ਤੁਸੀਂ ਦੇਖ ਹੀ ਰਹੇ। ਅਤੇ ਬਸ ਮਹਾਰਾਜ ਦੇ ਅੱਗੇ ਅਸੀਂ ਅਰਦਾਸ ਕਰਦੇ ਹਾਂ ਵੀ ਸਾਰਿਆਂ ਨੂੰ ਤੰਦਰੁਸਤੀ, ਮਤਲਬ ਅੱਜ ਤੋਂ ਬਾਅਦ ਤਾਂ ਇਹ ਸੋਚੋ ਜਦੋਂ ਵੀ ਕਿਸੇ ਆਪਾਂ ਕਿਸੇ ਵੀ ਧਰਮ, ਕਿਤੇ ਗੁਰਦੁਆਰੇ, ਮੰਦਰ, ਮਸਜਿਦ ਕਿਤੇ ਵੀ ਜਾਈਏ, ਸਰਬੱਤ ਦੇ ਭਲੇ ਦੀ ਅਰਦਾਸ ਕਰੀਏ, ਆਪਣੀ ਅਰਦਾਸ ਆਪ ਹੀ ਹੋ ਜਾਣੀ। ਸ਼ੁਕਰੀਆ। ਫਿਲਮ ਬਹੁਤ ਸੋਹਣੀ ਆ, ਕਿਉਂਕਿ ਅਸੀਂ ਖੁਦ ਡਾਇਰੈਕਸ਼ਨ ਟੀਮ ਦਾ ਪਾਰਟ ਹਾਂ, ਅਤੇ ਫਿਲਮ ਬਹੁਤ ਜ਼ਿਆਦਾ ਇਮੋਸ਼ਨਲ ਆ। ਮਤਲਬ ਇੰਟਰਵਲ ਤੋਂ ਬਾਅਦ ਤਾਂ ਬੰਦੇ ਉਂਝ ਰੋਣ ਲੱਗ ਪੈਂਦੇ ਆ, ਬਹੁਤ ਜ਼ਿਆਦਾ ਅਟੈਚਮੈਂਟ ਹੋ ਜਾਂਦੀ ਆ। ਮੈਮ, ਦੁਬਾਰਾ ਜਦੋਂ 4 ਬਣੇਗਾ ਉਹਦੇ ਵਿੱਚ ਹੋਵੋਗੇ ਤੁਸੀਂ? ਉਹ ਤਾਂ ਟੀਮ 'ਤੇ ਡਿਪੈਂਡ ਆ ਨਾ, ਅਗਰ ਹੰਬਲ ਟੀਮ ਬੁਲਾਏਗੀ ਤਾਂ ਡੈਫੀਨੇਟਲੀ ਮੈਂ ਕਰੂੰਗੀ। ਜੀ, ਸ਼ੁਕਰੀਆ ਮੈਮ। ਥੈਂਕ ਯੂ ਮੈਮ। ਕਿ ਬਹੁਤ ਸੋਹਣਾ ਤੁਹਾਡਾ ਕਿਰਦਾਰ ਸੀਗਾ, ਤਾਂ ਤੁਹਾਡੀ ਅਤੇ ਰਘਬੀਰ ਬੋਲੀ ਸਰ ਦੀ ਜਿਹੜੀ ਇੱਕ ਕੈਮਿਸਟਰੀ ਸੀ ਮਾਂ ਪੁੱਤ ਦੀ, ਉਹ ਬਹੁਤ ਸੋਹਣੀ ਲੱਗੀ। ਉਹਦੇ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਔਨ ਸਕਰੀਨ ਅਤੇ ਜਦੋਂ ਔਫ ਸਕਰੀਨ ਤੁਸੀਂ ਉੱਥੇ ਸ਼ੂਟ ਕਰ ਰਹੇ ਸੀਗੇ ਉਹਦੇ ਬਾਰੇ। ਥੈਂਕ ਯੂ ਸੋ ਮੱਚ। ਵੈਸੇ ਵੀ ਬੋਲੀ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਹੈ, ਉਹ ਮੈਨੂੰ ਐਂ ਲੱਗਦਾ ਹੁੰਦਾ ਕਿ ਉਹ ਮੇਰਾ ਹੀ ਪੁੱਤ ਹੈ ਨਾ। ਬਟ ਪਰ ਜਦੋਂ ਵੀ ਚਾਹੇ ਕੋਈ ਵੀ ਹੋਵੇ, ਜਦੋਂ ਆਪਾਂ ਚਾਹੇ ਬੋਲੀ ਦੀ ਥਾਂ 'ਤੇ ਕੋਈ ਵੀ ਹੁੰਦਾ, ਜਦੋਂ ਵੀ ਅਸੀਂ ਕੋਈ ਕਰੈਕਟਰ ਪਲੇ ਕਰਦੇ ਹਾਂ ਤਾਂ ਫਿਰ ਸਾਨੂੰ ਇਹੀ ਬਣਨਾ ਪੈਂਦਾ ਕਿ ਹਾਂ ਉਹ ਮੇਰਾ ਪੁੱਤ ਹੈ ਅਤੇ ਮੈਂ ਉਹਦੀ ਮਾਂ ਹੈ। ਇੰਨਾ ਮਜ਼ਾ ਆਇਆ, ਉਹ ਇੰਨਾ ਕੋਆਪਰੇਟਿਵ ਹੈ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਚਾਹੇ ਉਹ ਸਾਡਾ ਬੱਚਾ, ਪਰ ਉਹ ਤੋਂ ਵੀ ਸਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ, ਬੜਾ ਮਜ਼ਾ ਆਇਆ ਉਹਦੇ ਨਾਲ ਕੰਮ ਕਰਕੇ। ਸੱਚੀ ਮੈਨੂੰ ਐਂ ਲੱਗਿਆ ਵੀ ਹਾਂ ਉਹ ਮੇਰਾ ਪੁੱਤ ਹੈਗਾ, ਅਤੇ ਉਹ ਤਕਲੀਫ 'ਚ ਹੈ ਅਤੇ ਵਾਹਿਗੁਰੂ ਦਾ, ਵਾਹਿਗੁਰੂ ਤੋਂ ਮੈਂ ਮੰਗਦੀ ਆ ਕਿ ਅੱਖਾਂ ਠੀਕ ਹੋ ਜਾਣ, ਫਿਰ ਮੈਂ ਸ਼ੁਕਰਾਨਾ ਵੀ ਕਰਨ ਜਾਂਦੀ ਹਾਂ। ਉਹ ਸੱਚੀ ਮੈਨੂੰ ਐਂ ਲੱਗਦਾ ਵੀ ਉਹ ਮੇਰਾ ਪੁੱਤ ਹੈ ਅਤੇ ਮੈਂ ਸੱਚੀ ਉਹਨੂੰ ਲੈ ਕੇ ਵਾਹਿਗੁਰੂ ਦੇ ਦਰ 'ਤੇ ਜਾ ਰਹੀ ਹਾਂ। ਸਾਨੂੰ ਇਹ ਤਾਂ ਪਤਾ ਸੀਗਾ ਕਿ ਜਦੋਂ ਅਰਦਾਸ ਦਾ ਜਿਹੜਾ 3rd ਸੀਕੁਅਲ ਆਏਗਾ ਉਹ ਬਹੁਤ ਹੀ ਕਮਾਲ ਦਾ ਹੋਏਗਾ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਉਹਦੇ ਵਿੱਚ ਅਜਿਹੇ ਸੀਨ ਹੋਣਗੇ ਕਿ ਜਿਹੜੇ ਰੋਂਗਟੇ ਖੜ੍ਹੇ ਕਰ ਦੇਣਗੇ। ਜਦੋਂ ਤੁਸੀਂ ਅੱਜ ਸਾਡੇ ਨਾਲ ਬੈਠ ਕੇ ਇਹ ਫਿਲਮ ਵੇਖੀ, ਤਾਂ ਜਾਣਨਾ ਚਾਹਾਂਗੀ ਤੁਹਾਡੇ ਜ਼ਿਹਨ ਦੇ ਵਿੱਚ ਕੀ ਚੱਲ ਰਿਹਾ? ਮੇਰੇ ਜ਼ਿਹਨ ਦੇ ਵਿੱਚ ਪਤਾ ਕੀ, ਮੈਨੂੰ ਐਂ ਲੱਗਿਆ ਵੀ ਇਹ ਫਿਲਮ ਸਿਰਫ ਇਕੱਲੇ ਇੱਕ ਵਰਗ ਦੀ ਨਹੀਂ ਹੈਗੀ, ਇਹ ਫਿਲਮ ਜੇ ਬਜ਼ੁਰਗ ਦੇਖਣਗੇ ਉਹਨਾਂ ਨੂੰ ਲੱਗੇ ਤਾਂ ਸਾਡੀ ਕਹਾਣੀ ਹੈ, ਕੋਈ ਨੌਜਵਾਨ ਬੱਚਾ ਮੁੰਡਾ ਕੁੜੀ ਦੇਖੋ ਉਹਨੂੰ ਲੱਗੇ ਸਾਡੀ ਕਹਾਣੀ ਹੈ, ਛੋਟੇ ਬੱਚੇ ਦੇਖਣਗੇ ਉਹਨਾਂ ਨੂੰ ਲੱਗੂ ਇਹ ਸਾਡੀ ਕਹਾਣੀ ਹੈ। ਇਹ ਇੱਦਾਂ ਦੀ ਫਿਲਮ ਹੈ ਕਿ ਹਰ ਇੱਕ ਦੀ ਗੱਲ ਕਰਦੀ ਹੈ, ਹਰ ਇੱਕ ਦੇ ਪੱਖ ਦੀ ਗੱਲ ਕਰਦੀ ਹੈ। ਇਹ ਜ਼ਿੰਦਗੀ ਨੂੰ ਜਿਉਣ ਦੀਆਂ ਸੇਧ ਦਿੰਦੀ ਹੈ ਸਾਨੂੰ, ਸਾਡੇ ਸਮਾਜ ਨੂੰ ਕਿੱਡੀ ਵੱਡੀ ਸੇਧ ਦਿੰਦੀ ਹੈ। ਸੋ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਾ ਇਹ ਫਿਲਮ ਨੂੰ
ਸ਼ੂਟ ਕਰਦੇ ਹੋਏ, ਕਿਉਂਕਿ ਜਦੋਂ ਇਹ ਰਿਹਰਸਲ ਹੁੰਦੇ ਸੀ, ਸੀਨ ਬਾਈ ਸੀਨ ਰਿਹਰਸਲ ਹੁੰਦੇ ਸੀ, ਉਦੋਂ ਲੱਗਦਾ ਸੀ ਵੀ ਕਿੰਨੇ ਹੈਲਦੀ ਡਾਇਲੋਗ ਨੇ, ਕਮਾਲ ਦੇ ਡਾਇਲੋਗ ਨੇ ਸੱਚ ਨਾਲ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜੇ ਇਹ ਫਿਲਮ ਦਾ ਜਿਹੜਾ ਡਾਇਲੋਗ ਹੈ ਨਾ, ਉਹ ਆਪਦੀ ਇੱਕ ਕਹਾਣੀ ਹੈ ਪੂਰੀ ਦੀ ਪੂਰੀ ਉਸ ਡਾਇਲੋਗ ਦੇ ਵਿੱਚ। ਔਰ ਉਹ ਡਾਇਲੋਗ ਇੱਦਾਂ ਦੇ ਨੇ ਜਿਵੇਂ ਆਪਾਂ ਨੂੰ ਲੈਸਨ, ਆਪਾਂ ਲੈਸਨ ਪੜ੍ਹ ਲਿਆ ਨਾ, ਫਿਰ ਆਪਾਂ ਕਹਿੰਦੇ ਉਹਦਾ ਸਾਰੰਸ਼ ਲਿਖ ਲਓ, ਉਸ ਹਰ ਇੱਕ ਡਾਇਲੋਗ ਉਹ ਸਾਰੰਸ਼ ਹੈ ਔਰ ਹਰ ਇੱਕ ਨੂੰ ਸੇਧ ਦੇਣ ਵਾਲਾ। ਸੋ ਮੈਂ ਸੱਚੀ ਕਹੂੰਗੀ ਬੇਟੇ, ਇੰਨੀ ਸੋਹਣੀ ਫਿਲਮ ਹੈ, ਇਹੋ ਜਿਹੀਆਂ ਫਿਲਮਾਂ ਕਦੇ ਕਦੇ ਬਣਦੀਆਂ, ਔਰ ਸਾਨੂੰ ਇਹ ਮੌਕਾ ਨਹੀਂ ਗਵਾਉਣਾ ਚਾਹੀਦਾ, ਸਾਨੂੰ ਸਭ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ।